ਪਾਕਿਸਤਾਨੀ ਸ਼ੋਅ ਦੀ ਗੱਲ ਕਰੀਏ ਤਾਂ ਪਾਕਿਸਤਾਨੀ ਸ਼ੋਅ ਭਾਰਤ ਵਿੱਚ ਕਾਫੀ ਜ਼ਿਆਦਾ ਪਸੰਦ ਕੀਤੇ ਜਾਂਦੇ ਨੇ, ਪਰ ਭਾਰਤ ਦੀਆਂ ਕੁਝ ਅਜਿਹੀਆਂ ਬਲੌਕਬਸਟਰ ਫਿਲਮਾਂ ਨੇ ਜਿਨ੍ਹਾਂ 'ਤੇ ਪਾਕਿਸਤਾਨ 'ਚ ਪੂਰੀ ਤਰ੍ਹਾਂ ਰੋਕ ਪਾਬੰਦੀ ਜਿਹੜੀ ਹੈ ਉਹ ਲਗਾ ਦਿੱਤੀ ਹੈ। ਨਜ਼ੀਰ ਮੇਗਾ ਗੁਲਜ਼ਾਰ ਦੁਆਰਾ ਨਿਰਦੇਸ਼ਿਤ ਫਿਲਮ ਰਾਜ਼ੀਆ ਵਿੱਚ ਆਲੀਆ ਭੱਟ ਮੁੱਖ ਭੂਮਿਕਾ ਵਿੱਚ ਨਜ਼ਰ ਆਈ ਸੀ। ਨਾਲ ਹੀ ਫਿਲਮ ਵਿੱਚ ਇੱਕ ਭਾਰਤੀ ਜਾਸੂਸ ਦੀ ਕਹਾਣੀ ਜਿਹੜੀ ਹੈ ਉਹ ਦਰਸ਼ਕਾਂ ਨੂੰ ਦਿਖਾਈ ਗਈ, ਅਤੇ ਜੋ ਵਿਆਹ ਕਰਕੇ ਪਾਕਿਸਤਾਨ ਚਲਾ ਜਾਂਦਾ ਹੈ। ਉੱਥੇ ਇਸ ਫਿਲਮ 'ਤੇ ਪਾਬੰਦੀ ਜਿਹੜੀ ਹੈ ਉਹ ਲਗਾ ਦਿੱਤੀ ਹੈ। ਪਹਿਲੀ ਫਿਲਮ ਦੀ ਗੱਲ ਕਰੀਏ ਤਾਂ ਆਲੀਆ ਭੱਟ ਦੀ ਬਲੌਕਬਸਟਰ ਫਿਲਮ ਰਾਜ਼ੀ ਨੂੰ ਜਿਹੜਾ ਕੀ ਹੈ ਪਾਕਿਸਤਾਨ ਵਿੱਚ ਰੋਕ ਜਿਹੜੀ ਹੈ ਉਸ 'ਤੇ ਪਾਬੰਦੀ ਜਿਹੜੀ ਹੈ ਉਹ ਲਗਾ ਦਿੱਤੀ ਹੈ। ਨਾਲ ਹੀ ਜੇ ਆਰ ਬਲਾਕੀ ਦੁਆਰਾ ਨਿਰਦੇਸ਼ਿਤ ਫਿਲਮ ਪੈਡਮੈਨ ਇਸ ਦੀ ਗੱਲ ਕਰੀਏ ਤਾਂ ਦੂਜੀ ਫਿਲਮ ਜਿਹੜੀ ਇਹ ਹੈ ਪਾਕਿਸਤਾਨ ਵਿੱਚ ਬੈਨ ਹੈ। ਪਾਕਿਸਤਾਨ ਵਿੱਚ ਇਸ ਫਿਲਮ 'ਤੇ ਪਾਬੰਦੀ ਜਿਹੜੀ ਉਹ ਲਗਾ ਦਿੱਤੀ ਗਈ ਹੈ। ਇਹ ਕਿਹਾ ਗਿਆ ਹੈ ਕਿ ਫਿਲਮ ਉੱਥੇ ਦੇ ਸੱਭਿਆਚਾਰਕ ਦੇ ਖਿਲਾਫ ਮੰਨੀ ਜਾਂਦੀ ਸੀ, ਅਤੇ ਇਸ ਲਈ ਇਸ 'ਤੇ ਪਾਬੰਦੀ ਜਿਹੜੀ ਲਗਾ ਦਿੱਤੀ ਹੈ। ਅਕਸ਼ੇ ਕੁਮਾਰ ਨੇ ਇਸ ਫਿਲਮ 'ਚ ਇੱਕ ਵੱਖਰੀ ਹੀ ਭੂਮਿਕਾ ਜਿਹੜੀ ਨਿਭਾਈ ਸੀ, ਪਰ ਪਾਕਿਸਤਾਨ 'ਚ ਇਸ ਫਿਲਮ 'ਤੇ ਵੀ ਪਾਬੰਦੀ ਜਿਹੜੀ ਹੈ ਲਗਾ ਦਿੱਤੀ ਹੈ। ਤੀਸਰੀ ਫਿਲਮ ਦੀ ਗੱਲ ਕਰੀਏ ਤਾਂ ਆਨੰਦ ਐਲ ਰਾਏ ਦੁਆਰਾ ਨਿਰਦੇਸ਼ਿਤ ਫਿਲਮ ਰਾਂਝਣਾ। ਰਾਂਝਣਾ ਵਿੱਚ ਇੱਕ ਹਿੰਦੂ ਲੜਕਾ ਇੱਕ ਮੁਸਲਿਮ ਕੁੜੀ ਨਾਲ ਇੱਕ ਤਰਫਾ ਪਿਆਰ ਵਿੱਚ ਪੈ ਜਾਂਦਾ ਹੈ। ਦੱਸਦੀਏ ਮੁਸਲਿਮ ਕੁੜੀ ਵਿੱਚ ਇੱਕ ਹੋਰ ਹਿੰਦੂ ਲੜਕੇ ਨੂੰ ਪਿਆਰ ਕਰਦੀ ਹੈ। ਫਿਲਮ 'ਚ ਸੋਨਮ ਕਪੂਰ, ਧਨੁਸ਼ ਅਤੇ ਅਭੇ ਦਿਓਲ ਮੁੱਖ ਭੂਮਿਕਾ ਵਿੱਚ ਨਜ਼ਰ ਆਏ ਸੀ, ਅਤੇ ਨਾਲ ਹੀ ਇਸ ਫਿਲਮ 'ਤੇ ਵੀ ਜਿਹੜੀ ਪਾਕਿਸਤਾਨ ਵੱਲੋਂ ਪਾਬੰਦੀ ਜਿਹੜੀ ਲਗਾ ਦਿੱਤੀ ਗਈ ਹੈ। ਦੱਸਦੀ ਇਸ ਵਿੱਚ ਇਹ ਕਿਹਾ ਜਾਂਦਾ ਹੈ ਕਿ ਹਿੰਦੂ ਲੜਕਾ ਇੱਕ ਮੁਸਲਿਮ ਕੁੜੀ ਨਾਲ ਇੱਕ ਤਰਫਾ ਪਿਆਰ 'ਚ ਪੈ ਜਾਂਦਾ ਹੈ, ਜਿਸ ਕਰਕੇ ਇਸ ਨੂੰ ਪਾਕਿਸਤਾਨ ਵਿੱਚ ਬੈਨ ਕੀਤਾ ਗਿਆ। ਨਾਲ ਹੀ ਦੱਸਦੀਏ ਅਭਿਆਨ ਸਿਨਹਾ ਦੁਆਰਾ ਨਿਰਦੇਸ਼ਕ ਮੁਲਕ, ਜਸਟਿਸ ਰਿਸ਼ੀ ਕਪੂਰ, ਤਾਪਸੀ ਪੰਨੂ ਅਤੇ ਆਸ਼ੂਤੋਸ਼ ਰਾਣਾ ਮੁੱਖ ਭੂਮਿਕਾ ਵਿੱਚ ਨਜ਼ਰ ਆਏ ਸੀ। ਦੱਸਦੀਏ ਫਿਲਮ ਵਿੱਚ ਇੱਕ ਭਾਰਤੀ ਮੁਸਲਿਮ ਪਰਿਵਾਰ ਦੀ ਕਹਾਣੀ ਨੂੰ ਦਰਸਾਇਆ ਗਿਆ ਹੈ, ਜਿਸ ਦੇ ਪਾਕਿਸਤਾਨ ਨਾਲ ਸੰਬੰਧ ਨੇ, ਅਤੇ ਇਸ ਲਈ ਉਹਨਾਂ ਨੂੰ ਬਹੁਤ ਪਰੇਸ਼ਾਨ ਕੀਤਾ ਜਾਂਦਾ ਹੈ। ਇਸ ਕਾਰਨ ਹੀ ਪਾਕਿਸਤਾਨ 'ਚ ਇਸ ਫਿਲਮ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਦੱਸਦੀਏ ਫਿਲਮ 'ਚ ਪਾਕਿਸਤਾਨੀ ਪਰਿਵਾਰ ਦੇ ਖਿਲਾਫ ਜਿਹੜਾ ਹੈ ਸੰਬੰਧ ਜਿਹੜੇ ਉਹਨਾਂ ਨੂੰ ਦਿਖਾਏ ਗਏ, ਜਿਸ ਕਰਕੇ ਇਹ ਫਿਲਮ ਨੂੰ ਵੀ ਪਾਕਿਸਤਾਨ ਵਿੱਚ ਬੈਨ ਕਰ ਦਿੱਤਾ ਗਿਆ। ਫਿਲਮ ਨੀਰਜਾ ਦੀ ਗੱਲ ਕਰੀਏ ਤਾਂ ਨੀਰਜਾ ਬਨੌਟ ਦੀ ਕੁਰਬਾਨੀ 'ਤੇ ਆਧਾਰਿਤ ਬਾਇਓਪਿਕ ਕਹਾਣੀ। ਫਿਲਮ 'ਚ ਸੋਨਮ ਕਪੂਰ ਨੇ ਨੀਰਜਾ ਦਾ ਕਿਰਦਾਰ ਨਿਭਾਇਆ ਸੀ। ਉਸ ਦੇਸ਼ ਨੇ ਪਾਕਿਸਤਾਨ 'ਤੇ ਫਿਲਮ ਨੂੰ ਗਲਤ ਤਰੀਕੇ ਨਾਲ ਦਿਖਾਉਣ ਦਾ ਦੋਸ਼ ਲਗਾਇਆ ਅਤੇ ਆਪਣੇ ਦੋਸ਼ ਫਿਲਮ 'ਤੇ ਪਾਬੰਦੀ ਜਿਹੜੀ ਆ ਲਗਾ ਦਿੱਤੀ। ਨਾਲ ਹੀ ਇੱਕ ਫਿਲਮ ਦੀ ਗੱਲ ਕਰੀਏ, ਏਕ ਥਾ ਟਾਈਗਰ, ਕਬੀਰ ਖਾਨ ਦੁਆਰਾ ਨਿਰਦੇਸ਼ਿਤ ਕੇ ਫਿਲਮ ਨੂੰ ਵੀ ਪਾਕਿਸਤਾਨ ਵੱਲੋਂ ਪਾਕਿਸਤਾਨ 'ਚ ਜਿਹੜਾ ਹੈ ਬੈਨ ਕਰ ਦਿੱਤਾ ਹੈ। ਜੀ ਹਾਂ, ਦੱਸਦੀਏ ਇਹਦੇ ਵਿੱਚ ਕਟਰੀਨਾ ਕੈਫ ਅਤੇ ਸਲਮਾਨ ਖਾਨ ਮੁੱਖ ਭੂਮਿਕਾ 'ਚ ਨਜ਼ਰ ਆਏ ਸੀ। ਫਿਲਮ ਏਕ ਥਾ ਟਾਈਗਰ ਦੀ ਗੱਲ ਕਰੀਏ ਤਾਂ ਉਹ ਨਿਰਦੇਸ਼ਿਤ ਫਿਲਮ ਕਬੀਰ ਖਾਨ ਦੁਆਰਾ ਕੀਤੀ ਗਈ ਹੈ। ਨਾਲ ਹੀ ਇਸ 'ਚ ਕਟਰੀਨਾ ਕੈਫ ਅਤੇ ਸਲਮਾਨ ਖਾਨ ਮੁੱਖ ਭੂਮਿਕਾ ਵਿੱਚ ਨਜ਼ਰ ਆਏ ਸੀ। ਨਾਲ ਹੀ ਫਿਲਮ ਵਿੱਚ ਮੁੰਬਈ ਹਮਲਿਆਂ ਦੀ ਕਹਾਣੀ ਨੂੰ ਦਰਸਾਇਆ ਗਿਆ ਹੈ, ਜਿਸ ਵਿੱਚ ਦੇ ਲੋਕ ਜਿਹੜੇ ਨੇ ਰਾਹ ਜਿਹੜੇ ਨੇ ਬਦਲ ਲੈਣ ਲਈ ਪੇਸ ਵਿੱਚ ਪਾਕਿਸਤਾਨ ਜਾਂਦੇ ਨੇ। ਇਸ ਫਿਲਮ 'ਤੇ ਪਾਕਿਸਤਾਨ 'ਚ ਪਾਬੰਦੀ ਜਿਹੜੀ ਹੈ ਲਗਾ ਦਿੱਤੀ ਹੈ। ਦੱਸਦੀਏ ਕਈ ਫਿਲਮਾਂ 'ਤੇ ਸੁਣਿਆ ਸੀ ਪਾਬੰਦੀ, ਬਟ ਬਲੌਕਬਸਟਰ ਬਾਲੀਵੁੱਡ ਦੀ ਬਲੌਕਬਸਟਰ ਫਿਲਮਾਂ 'ਤੇ ਜਿਹੜੀ ਹੈ ਪਾਕਿਸਤਾਨ ਵਿੱਚ ਰੋਕ ਲਗਾਈ ਹੈ, ਅਤੇ ਹਰ ਕਿਸੇ ਫਿਲਮ ਦਾ ਆਪਣਾ ਵੱਖਰਾ ਹੀ ਜਿਹੜਾ ਹੈ ਰੀਜ਼ਨ ਜੇ ਆਪਾਂ ਕਹਿ ਦਈਏ ਤਾਂ ਹੈਗਾ ਹੈ, ਅਤੇ ਇਸ ਫਿਲਮਾਂ 'ਤੇ ਪਾਕਿਸਤਾਨ ਵਿੱਚ ਪਾਬੰਦੀ ਜਿਹੜੀ ਹੈ ਉਹ ਲਗਾ ਦਿੱਤੀ ਹੈ।